الله الرحمن الرحيم وما أرسلناك إلا رحمة للعالمين صدق الله العظيم وصدق رسوله النبي الكريم الأمين إن الله وملائكته يصلون على النبي يا أيها الذين آمنوا صلوا عليه وسلموا تسليما تمام أبا محبتنا الصلاة درود ਤੁਹਾਡੇ ਇਸ ਇਲਾਕੇ 'ਚ ਮੇਰੀ ਪਹਿਲੀ ਹਾਜ਼ਰੀ ਹੈ। ਮੈਂ ਤੁਹਾਡੇ ਮਜ਼ਾਜ ਨੂੰ ਨਹੀਂ ਜਾਣਦਾ, ਤੁਸੀਂ ਮੇਰੇ ਮਜ਼ਾਜ ਨੂੰ ਨਹੀਂ ਸਮਝਦੇ। ਰਲ ਕੇ ਚੱਲਾਂਗੇ, ਦੋਵਾਂ ਦਾ ਮਜ਼ਾਜ ਸਮਝ 'ਚ ਆ ਜਾਏਗਾ। ਸਭ ਤੋਂ ਪਹਿਲੇ ਇਹ ਜਿਹੜੇ ਇੰਤਜ਼ਾਮੀਆਂ ਦੇ ਕੁਛ ਲੋਕ ਦੋਸਤਾਂ ਬਾਬ ਕੋਲੋਂ ਤਿੰਨਾ ਮਿਹਰਬਾਨੀ ਕਰਕੇ ਜ਼ਰਾ ਤਸ਼ਰੀਫ ਰੱਖੋ, ਸਵਾਏ ਚੰਦ ਇੱਕ ਦੋਸਤਾਂ ਤੋਂ, ਤਿੰਨ ਜਾਂ ਚਾਰ। ਤੁਸੀਂ ਆਪਣੀ ਗੁਲਾਮੀ ਦਾ ਹੱਕ ਅਦਾ ਕਰ ਦਿੱਤਾ ਹੈ, ਹਜ਼ੂਰ ਦੇ ਗੁਲਾਮਾਂ ਨੂੰ ਇਕੱਠਾ ਕਰ ਦਿੱਤਾ ਹੈ, ਹੁਣ ਅੱਲਾਹ ਜਾਣੇ ਅਤੇ ਹਜ਼ੂਰ ਜਾਣੇ। ਤੁਸੀਂ ਆਪਣਾ ਹੱਕ ਅਦਾ ਕਰ ਛੱਡਿਆ, ਹੁਣ ਰੱਬ ਜਾਣੇ ਤੇ ਰੱਬ ਦਾ ਸੋਨਾ ਹਬੀਬ ਜਾਣੇ ਸੁਭਾਨ ਕਿ ਬੇਰੀ ਪਾਰ ਲੱਗਦੀ ਹੈ ਜਾਂ ਨਹੀਂ ਲੱਗਦੀ। ਦਿਲ ਦੇ ਅੰਦਰ ਖਲਾਸ ਤੋਂ ਤਕਵਾ ਹੋਵੇ, ਹੋ ਨਹੀਂ ਸਕਦਾ ਕਿ ਮਦੀਨੇ ਵਾਲੇ ਨੂੰ ਖਬਰ ਨਾ ਪਹੁੰਚੇ। ਸੁਭਾਨ ਅੱਲਾਹ, ਹੋ ਨਹੀਂ ਸਕਦਾ। ਬਾਤ ਇਹ ਹੈ ਕਿ ਦਰੂਦ ਇੱਕ ਐਸਾ ਅਮਲ ਹੈ ਜਿਹਦੇ ਵਾਸਤੇ ਕਬੂਲੀਅਤ ਦੀ ਦਵਾ ਦੀ ਜ਼ਰੂਰਤ ਨਹੀਂ ਹੈ। ਹਾਏ ਸਦਕੇ ਜਾਵਾਂ, ਮੇਰੇ ਨਬੀ ਨੇ ਫਰਮਾਇਆ, ਇਹ ਗੁਲਾਮਾਂ ਮੇਰੇ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ ਹੋਵੇ ਨਾ, ਉਹ ਗਾਜ਼ੀ ਮੁਮਤਾਜ਼ ਕਾਦਰੀ ਦੇ ਇਲਾਕੇ ਵਾਲਿਓ ਤਰਫ ਜਾਓ। ਗਾਜ਼ੀ ਮੁਮਤਾਜ਼ ਕਾਦਰੀ ਨੇ ਕਿਹਾ, ਮੈਂ ਇਸ਼ਕ ਦਾ ਜਦੋਂ ਵੀ ਇਜ਼ਹਾਰ ਕਰਦਾ ਸਾਂ ਨਾ, ਮੁਹੱਬਤ ਵਿੱਚ ਆ ਕੇ ਦਰੂਦ ਪਰ ਛੱਡਣਾ ਸਾਂ, ਮਹਿਬੂਬ ਮੇਰੇ ਕੋਲ। ਅੱਲਾ ਵਾਹਦਹੁ ਲਾ ਸ਼ਰੀਕ ਮੇਰਾ ਗਵਾਹ ਹੈ, ਡਿਮਾਂਡ ਵਾਲਾ ਮੌਲਵੀ ਕੋਈ ਨਹੀਂ, ਡਿਮਾਂਡ ਜਿਹੜਾ ਕਰਕੇ ਆਵੇ ਉਹਦੇ ਤੇ ਲਾਣਾ। ਹਜ਼ੂਰ ਦਾ ਗੁਲਾਮ ਹੋਵੇ ਭੁੱਖਾ ਨਹੀਂ ਮਰਦਾ। ਅਰੇ ਸਿਕੰਦਰੇ ਤਖਤੇ ਸਿਕੰਦਰੀ ਪੇ ਠੂਕਤੇ ਹੈ ਵੋ ਨਾਸਰ, ਜਿਨਕਾ ਬਿਸਤਰ ਲਗਾ ਹੋ ਸਰਕਾਰ ਕੀ ਗਲੀ ਮੇਂ। ਸੁਭਾਨ ਅੱਲਾਹ, ਠੀਕ ਹੈ, ਸੁਣੋ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਅੰਦਰ ਬਗੈਰ ਤਮਹੀਦ ਤੋਂ ਗੁਫਤਗੂ ਦਾ ਆਗਾਜ਼, ਕੋਈ ਚਾਲਕੋਸੀ ਨਹੀਂ ਕਰਨੀ, ਮੈਨੂੰ ਫਲਾਂ ਨੇ ਸੱਦਿਆ, ਫਲਾਂ ਨੇ ਸੱਦਿਆ, ਫਲਾਂ ਨੇ ਸੱਦਿਆ। ਅਰੇ ਜੇ ਤੋ ਵਸੀਲਾ ਹੈ, ਮੇਰਾ ਵਸੀਲੇ ਪੇ ਇਮਾਨ ਹੈ, ਆਰਬ ਭਾਈ ਅਰਸਲਾਨ ਭਾਈ ਅਹਲੇ ਇਲਾਕਾ ਹਜ਼ੂਰ ਦੇ ਗੁਲਾਮਾਂ ਦਾ ਜਿਨ੍ਹਾਂ ਨੇ ਮੈਨੂੰ ਜ਼ਿਆਰਤ ਦਾ ਮੌਕਾ ਦਿੱਤਾ, ਅਰੇ ਉਹ ਤੇ ਵਸੀਲਾ ਏ ਕਮਾਲ ਸਾਰਾ ਮੁਸਤਫਾ ਦਾ ਏ, ਤੇ ਮਦੀਨੇ ਦੇ ਤਾਜਦਾਰ ਹੁਸੈਨ ਦੇ ਨਾਨੇ ਦਾ ਏ, ਤੇ ਅਰਸ਼ੇ ਮਹੱਲਾ ਦੇ ਖੁਦਾ ਦਾ ਏ, ਜਿਨੇ ਇਸ ਗੁਨਾਹਗਾਰ ਨੂੰ ਪਸੰਦ ਕੀਤਾ, ਰਾਤ ਦਾ ਸਫ਼ਰ ਸ਼ੁਰੂ ਕੀਤਾ ਔਰ ਪਸੰਦ ਇਸ ਤਰ੍ਹਾਂ ਕੀਤਾ ਕਿ ਦਵਾ ਕਰਨੀ ਏ ਮੇਰੀ ਵੀ ਹਾਜ਼ਰੀ ਹੋ ਜਾਏ ਤੁਹਾਡੀ। ਮੇਰੀ ਵੀ ਹਾਜ਼ਰੀ ਹੋ ਜਾਏ ਤੇ ਤੁਹਾਡੀ ਵੀ ਹਾਜ਼ਰੀ ਹੋ ਜਾਏ। ਅਲੀ ਬਾਈ ਸੌਣ ਤੁਹਾਡਾ ਬੜਾ ਪਿਆਰਾ, ਜਿੰਨਾ ਸੋਹਣਾ ਨਾਂ ਜੇ ਉਹਨਾਂ ਹੀ ਸੋਹਣਾ ਤੁਹਾਡਾ ਸੌਣ ਹੈ। ਸਮਾਪਤ ਕਰੋ, ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਦੇ ਅੰਦਰ ਤਿੰਨ ਬੰਦੇ ਆਏ, ਕਿੰਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਚਿਹਰਿਆਂ ਵਾਲੋ, ਬੋਲੋ ਕਿੰਨੇ, ਬੋਲੋ ਕਿੰਨੇ, ਤਿੰਨ ਬਜ਼ੁਰਗ ਬੈਠੇ ਨੇ, ਸਫੈਦ ਰੀਸ਼ ਬੈਠੇ ਨੇ, ਇਹਨਾਂ ਦੀ ਅਜ਼ਮਤ ਨੂੰ ਸਲਾਮ ਦਰਾ ਸਮਾਪਤ ਕਰਨਾ। ਉਹਨਾਂ ਨੇ ਆ ਕੇ ਕਿਹਾ, ਅੱਲਾ ਦੇ ਨਬੀ ਜੀ, ਇਹ ਬੰਦੇ ਨੇ ਤੁਹਾਡੇ ਗੁਲਾਮ ਨੇ ਸਾਡਾ ਉੱਠ ਉੱਠ ਸਮਝਦੇ ਉੱਠ, ਇਹ ਇਹਨੇ ਸਾਡੇ ਵਾਰੇ ਚੋਂ ਖੋਲ੍ਹ ਲਿਆ, ਚੋਰੀ ਕਰ ਲਿਆ। ਨਬੀ ਪਾਕ ਨੇ ਫਰਮਾਇਆ, ਤੁਹਾਡੇ ਕੋਲ ਕੋਈ ਗਵਾਹ ਹੈ ਨਾ? ਦੋ ਬੰਦੇ ਸੀ ਸ਼ਰੀਅਤ ਵਿੱਚ, ਦੋ ਗਵਾਹ ਨੇ, ਇੱਕ ਨਾਲ ਉੱਠ ਦਾ ਮਾਲਕ। ਬੇਟਾ ਮਿਹਰਬਾਨੀ ਮਿਹਰਬਾਨੀ, ਤੁਸੀਂ ਅੱਲਾਹ ਦੇ ਬਾਗ ਦੇ ਖੋਲੋ, ਮੈਂ ਤੁਹਾਨੂੰ ਪਿਛਲੇ ਆਮ ਖਤੀਬਤ ਰਹਿ ਨਹੀਂ ਕਿ ਪਿੱਛੇ ਚਲੇ ਜਾਓ, ਬੈਠੇ ਰਹੋ, ਠੀਕ ਹੈ, ਲੇਕਿਨ ਮੈਨੂੰ ਗੱਲ ਸਮਝਾ ਲਓ। ਉਹਨਾਂ ਨੇ ਕਿਹਾ, ਅੱਲਾਹ ਦੇ ਨਬੀ ਜੀ ਅਰਜ਼ ਕਰਦੇ ਨੇ ਮਦੀਨੇ ਦੇ ਤਾਜਦਾਰਾ, ਇਹ ਤੇਰੇ ਗੁਲਾਮ ਨੇ ਉੱਠ ਚੋਰੀ ਕੀਤਾ ਹੈ। ਮੇਰੇ ਨਬੀ ਪਾਕ ਨੇ ਫਰਮਾਇਆ, ਮਦੀਨੇ ਦੇ ਤਾਜਦਾਰ ਨੇ ਫਰਮਾਇਆ, ਹਾਂ ਵੀ ਤੇਰੇ ਕੋਈ ਗਵਾਹ ਹੈ? ਗੁਲਾਮ ਸੀ ਨਾ, ਗੁਲਾਮ ਅਕੀਦੇ ਦਾ ਬੜਾ ਪੱਕਾ ਸੀ, ਗੁਲਾਮ ਨੂੰ ਪਤਾ ਸੀ ਇਹ ਉਹ ਨਬੀ ਹੈ ਜਿਹੜਾ ਅਣਬੋਲਿਆਂ ਨੂੰ ਵੀ ਬੁਲਾਉਣਾ ਜਾਣਦਾ ਹੈ, ਉਹ ਜਿਹੜਾ ਉੱਠਾਂ ਦੀਆਂ ਵੀ ਗੱਲਾਂ ਬੋਲੀਆਂ ਸਮਝਦਾ ਹੈ, ਜਿਹੜਾ ਪੱਥਰਾਂ ਨੂੰ ਕਲਮਾ ਪੜ੍ਹਾਉਣਾ ਜਾਣਦਾ ਹੈ। ਗੁਲਾਮ ਕੋਈ ਡੰਡੀ ਮਾਰਨੇ ਸੀ,
ਮਸਜਿਦ ਵਿੱਚ ਇਹ ਦਿਨ ਸਿਰਾਤ ਅਲ ਮੁਸਤਕੀਮ ਬਾਅਦ ਚ ਮਿਲੇ ਕਿਸੇ ਨੂੰ ਯਾਰ ਤੁਸੀਂ ਆਪਣੀ ਜਗ੍ਹਾ ਸੱਚੇ ਆਪਣੀ ਜਗ੍ਹਾ ਸੱਚੇ ਨਹੀਂ ਗੁਲਾਮ ਨੇ ਕਿਹਾ ਆਕਾ ਮੇਰੇ ਕੋਲ ਗਵਾਹ ਤੇ ਨਹੀਂ ਹੈ ਤੁਸੀਂ ਇੰਜ ਕਰੋ ਉੱਠ ਨੂੰ ਬੁਲਾ ਕੇ ਪੁੱਛ ਲਵੋ ਉੱਠ ਨੂੰ ਬੁਲਾ ਕੇ ਪੁੱਛੋ ਤਿਰਮਿਜ਼ੀ ਸ਼ਰੀਫ ਦੀ ਹਦੀਸ ਮੁਬਾਰਕਾ ਜਿਲਦ ਨੰਬਰ 2 ਸਫਾ ਨੰਬਰ 247 ਉੱਠ ਨੂੰ ਬੁਲਾ ਕੇ ਪੁੱਛੋ ਕਿ ਮੈਂ ਉਹਨੂੰ ਚੋਰੀ ਕੀਤਾ ਹੈ ਜਾਂ ਨਹੀਂ ਕੀਤਾ ਮੇਰੇ ਆਕਾ ਨੇ ਫਰਮਾਇਆ ਉੱਠ ਨੂੰ ਲੈ ਕੇ ਆਓ ਉਠਾਇਆ ਮੇਰੇ ਨਬੀ ਪਾਕ ਨੇ ਫਰਮਾਇਆ ਉਠਾ 10 ਹਾਏ ਹਾਏ ਯਾਰ ਦੇਖੋ ਸਾਡੇ ਨਾਲ ਤੇ ਉੱਠ ਚੰਗਾ ਮਹਾਨ ਅੱਲਾਹ ਉਹ ਚਾਰ ਲੱਤਾਂ ਵਾਲਾ 8 ਮਨ ਦਾ ਉੱਠ ਚੰਗਾ ਚਾਰ ਮਨ ਦੇ ਮੌਲਵੀ ਬਖਸ਼ੇ ਗਏ ਵੱਡੇ ਟਿੱਡਾਂ ਵਾਲੇ ਤੁਸੀਂ ਪਿੱਛੇ ਨਹੀਂ ਜੇ ਰਹਿੰਦੇ ਉੱਚੀ ਬੋਲੋ ਕੋ ਸੁਭਾਨ ਅੱਲਾਹ ਸੁਭਾਨ ਅੱਲਾਹ ਹਾਂਜੀ ਉੱਠ ਚੰਗਾ ਉੱਠ ਨੇ ਕਿਹਾ ਮਦੀਨੇ ਦੇ ਤਾਜਦਾਰ ਇਹ ਤੇ ਸਾਰਾ ਬਹਾਨਾ ਸੀ ਤੇਰੀ ਬਾਰਗਾਹ ਚ ਆਉਣ ਦਾ ਸੁਭਾਨ ਅੱਲਾਹ ਤੇਰੀ ਬਾਰਗਾਹ ਚ ਆਉਣ ਦਾ ਇਹ ਸਾਰਾ ਬਹਾਨਾ ਸੀ ਉੱਠ ਨੇ ਕਿਹਾ ਆਕਾ ਇਹ ਤੇ ਸਾਰਾ ਬਹਾਨਾ ਸੀ ਮੈਨੂੰ ਇਹਨੇ ਚੋਰੀ ਨਹੀਂ ਜੇ ਕੀਤਾ ਬੋਲੋ ਬੋਲ ਮੈਨੂੰ ਇਹਨੇ ਚੋਰੀ ਨਹੀਂ ਜੇ ਕੀਤਾ ਮੇਰੇ ਆਕਾ ਨੇ ਫਰਮਾਇਆ ਫਿਰ ਤੂੰ ਇਹਦੇ ਘਰ ਕਿਵੇਂ ਗਿਆ ਉਹਨੇ ਕਿਹਾ ਜੀ ਮੈਂ ਖੁੱਲਿਆ ਆਪਣੇ ਵਾਰੇ ਚੋਂ ਚੱਲਦਾ ਚੱਲਦਾ ਇਹਦੇ ਘਰ ਚਲਾ ਗਿਆ ਮੇਰੇ ਮਾਲਕ ਪਿੱਛੇ ਆ ਗਏ ਉਹਨਾਂ ਨੇ ਚੋਰ ਬਣਾ ਛੱਡਿਆ ਤੇਰੀ ਬਾਗ ਬਾਰਗਾ ਚ ਆ ਗਏ ਮੇਰੇ ਨਬੀ ਮਾਮਾ ਫੈਸਲਾ ਹੋ ਗਿਆ ਇਹ ਚੋਰ ਨਹੀਂ ਜੀ ਹੈ ਆਪਣਾ ਉੱਠ ਲੈ ਜਾਓ ਸਾਹਬਾ ਕਰਾਮ ਇਕੱਠੇ ਹੋਏ ਜਿਵੇਂ ਤੁਸੀਂ ਇਕੱਠੇ ਹੋ ਮੇਰੇ ਨਬੀ ਪਾਕ ਨੇ ਉਸ ਗੁਲਾਮ ਨੂੰ ਕੋਲ ਬਿਠਾ ਲਿਆ ਫਰਮਾਇਆ ਗੁਲਾਮਾ ਦੱਸ ਕਿਹੜਾ ਅਮਲ ਕਰਨਾ ਹੈ ਕਿ ਤੇਰੀ ਪਾਕ ਦਾਮਨੀ ਦੀ ਗਵਾਹੀ ਉੱਠ ਦੇ ਰਹੇ ਨੇ ਤੇਰੀ ਪਾਕ ਦਾਮਨੀ ਦੀ ਗਵਾਹੀ ਉੱਠ ਦੇ ਰਹੇ ਨੇ ਅਰਜ਼ ਕਰਦਾ ਆਕਾ ਨਾ ਨਮਾਜ਼ ਪੱਲੇ ਨਾ ਰੋਜ਼ੇ ਪੱਲੇ ਨਾ ਹੱਜ ਪੱਲੇ ਜਿਵੇਂ ਅਸੀਂ ਮਸਜਿਦਾਂ ਵਿੱਚ ਨਹੀਂ ਨਾ ਜਾਂਦੇ ਮੌਲਵੀ ਦੀ ਜ਼ਿੰਮੇ ਸਾਰਾ ਕੁਛ ਲਗਾ ਛੱਡਿਆ ਮੌਲਵੀ ਤੂੰ ਜਾਣੇ ਬਾਂਗਾ ਜਾਣ ਇੰਤਜ਼ਾਰ ਕਰਦਾ ਰਹਿ ਨਾ ਕਹਿਣ ਲੱਗਾ ਆਕਾ ਕੁਛ ਨਹੀਂ ਪੱਲੇ ਹੈ ਲੇਕਿਨ ਉੱਠਦਾ ਬੈਠਦਾ ਦਰੂਦ ਜ਼ਰੂਰ ਪੜਨਾ ਓਏ ਹਦੀਸ ਨਾ ਆਵੇ ਖੂਨ ਮੇਰਾ ਮਾਫ ਮੇਰੇ ਨਬੀ ਪਾਕ ਨੇ ਫਰਮਾਇਆ ਪੇਲੀਆ ਗੁਲਾਮਾ ਔਰ ਦਰੂਦ ਦਾ ਨਜ਼ਰਾਨਾ ਪੇਸ਼ ਕਰਿਆ ਕਰ ਜਿਵੇਂ ਇੱਥੇ ਉੱਠ ਨੇ ਤੇਰੀ ਪਾਕ ਦਾਮਨੀ ਦੀ ਗਵਾਹੀ ਤੇ ਛੱਡੀਏ ਮੈਦਾਨੇ ਹਸ਼ਰ ਚ ਮੁਹੰਮਦ ਜਾਣੇ ਤੇ ਮੁਹੰਮਦ ਦਾ ਖੁਦਾ ਸੁਭਾਨ ਅੱਲਾਹ ਸੁਭਾਨ ਓਏ ਮੁਹੰਮਦ ਜਾਣੇ ਜਾਂ ਮੁਹੰਮਦ ਦਾ ਖੁਦਾ ਜਾਣੇ ਔਰ ਉੱਚੀ ਪੜਿਆ ਕਰੋ ਦਰੂਦ ਅਸਲਾਤੋ ਮੈਂ ਆਪਣੀ ਤਕਰੀਰ ਦਾ ਆਗਾਜ਼ ਨਹੀਂ ਜੇ ਕਰਦਾ ਸੱਚੀ ਗੱਲ ਹੈ ਠੀਕ ਹੈ ਨਾ ਕਿਉਂਕਿ ਮੈਂ ਬੇਲੋਸ ਆਇਆ ਪੈਸੇ ਨਹੀਂ ਮੰਗ ਕੇ ਆਇਆ ਤਕਰੀਰ ਦਾ ਆਗਾਜ਼ ਮੈਂ ਨਹੀਂ ਕਰਨਾ ਜੇ ਮੇਰਾ ਖੂਨ ਚੜਿਆ ਨਾ ਛਟਾਂਕੀ ਤੇ ਅੱਧ ਛਟਾਂਕ ਤੁਹਾਡਾ ਵੀ ਸਾਰ ਦੇਵਾਂਗਾ ਉੱਚੀ ਜ਼ਰਾ ਅਸਲਾਤ ਅਸਲਾਤ ਅਸਲਾਮ ਅਲੈਕਾ ਯਾ ਸੀ ਵਅਲਾ ਅਲਿਕਾ ਵਅਸਹਾਬਿਕਾ ਯਾ ਹਬੀਬ ਅੱਲਾ ਬਜ਼ਮੇ ਕੌਣ ਨ ਸਜਾਨੇ ਕੇ ਲੀਏ ਆਪਾਏ ਬਜ਼ਮੇ ਕੌਣ ਸਜਾਨੇ ਕੇ ਲੀਏ ਆਪਾਏ ਸ਼ਮਾਏ ਤੋ ਹੀਦ ਜਲਾਨੇ ਇੱਕ ਮਰਕਜ਼ ਪੇ ਬੁਲਾਨੇ ਕੇ ਲੀਏ ਆਪਾਏ ਇੱਕ ਮਰਕਜ਼ ਪੇ ਬੁਲਾਨੇ ਕੇ ਲੀਏ ਆਪਾਏ ਕਦੀਰ ਜੋ ਤੇਰੇ ਨਬੀ ਦੀ ਨਾਤ ਬੁਲੰਦ ਕਰੇ
ਉੱਚੀ ਬੋਲੋ ਜੋ ਤੇਰੇ ਨਬੀ ਦੀ ਨਾਤ ਬੁਲੰਦ ਕਰੇ ਆਵਾਜ਼ ਬੁਲੰਦ ਕਰੇ ਜਿਹੋ ਜੀ ਉਹਦੀ ਆਵਾਜ਼ ਏ ਕਿਉਂਕਿ ਤੂੰ ਮਨਾ ਅਕਰਬ ਇਲੈ ਮਿਨ ਹਬਲ ਵਰੀਦੇ ਐ ਮੇਰੇ ਅੱਲਾ ਤੂੰ ਜੋ ਕੁਛ ਵੀ ਦੇਣਾ ਹੈ ਹੁਸੈਨ ਦੇ ਨਾਨੇ ਦੇ ਸਦਕੇ ਦੇਣਾ ਵਾ ਅੱਲਾ ਕਰੀਮ ਇਹ ਸਾਰੇ ਮਦੀਨੇ ਦੇ ਮੁਸਾਫਰ ਬੈਠੇ ਹੋਇਆ ਮਦੀਨੇ ਦੀ ਤਜੱਲੀ ਲਗਾ ਕੇ ਬੈਠੇ ਹੋਇਆ ਹਰ ਕੋਈ ਦਿਲ ਵਿੱਚ ਆਰਜ਼ੂ ਲੈ ਕੇ ਆਇਆ ਏ ਅੱਲਾ ਮੇਰਾ ਉਮਰੇ ਦਾ ਟਿਕਟ ਨਿਕਲ ਆਏ ਅੱਲਾ ਮੇਰਾ ਉਮਰੇ ਦਾ ਟਿਕਟ ਨਿਕਲ ਆਏ ਲੇਕਿਨ ਮੈਂ ਕਹਿੰਦਾ ਅਗਰ ਤੂੰ ਬੁਲਾਵੇਂ ਬੋਲੋ ਬੋਲੋ ਅਗਰ ਤੂੰ ਬੁਲਾਵੇਂ ਤੇਰਾ ਨਬੀ ਬੁਲਾਵੇ ਤੈਨੂੰ ਉਹ ਦੇਰ ਲੱਗਦੀ ਅੱਲਾ ਜਿਹੜਾ ਤੇਰੇ ਨਬੀ ਦੀ ਨਾਤ ਬੁਲੰਦ ਕਰੇ ਮੇਰਾ ਸਾਥ ਦਵੇ ਮੈਂ ਪਰਦੇਸੀ ਤੂੰ ਜਾਣਨਾ ਮੇਰੇ ਦਿਲ ਨੂੰ ਮੇਰੇ ਇਖਲਾਸ ਨੂੰ ਜਾਣਨਾ ਏ ਅੱਲਾ ਮੈਂ ਝੋਲੀ ਚੁੱਕੇ ਦਵਾ ਕਰਨਾ ਵਾ ਕਿਉਂਕਿ ਤੇਰੇ ਨਬੀ ਦੀ ਹਦੀਸੇ ਤੇਰੇ ਨਬੀ ਦਾ ਬੋਲਣਾ ਤੇਰਾ ਬੋਲਣਾ ਤੇਰੇ ਨਬੀ ਨੇ ਪਰਵਾਇਆ ਏ ਆਲਮੇ ਦੀਨ ਦਾ ਸੋਨਾ ਵੀ ਇਬਾਦਤ ਏ ਅੱਲਾ ਮੈਂ ਦਵਾ ਕਰਨਾ ਵਾ ਅੱਲਾ ਜਿਹੜਾ ਤੇਰੇ ਮੁਸਤਫਾ ਦੀ ਆਮਦ ਦੀ ਖੁਸ਼ੀ ਦੇ ਅੰਦਰ ਉਹਨੂੰ ਰਹਿਮਤ ਲਿਲ ਆਲਮੀਨ ਮੰਨਦਾ ਏ ਸਬਲ ਗੁੰਬਦ ਨੂੰ ਸਲਾਮ ਕਰਦਾ ਏ ਅੱਲਾ ਤੈਨੂੰ ਤੇਰੀਆਂ ਸ਼ਾਨਾਂ ਦਾ ਵਾਸਤਾ ਸ਼ਾਨਾ ਦਾ ਵਾਸਤਾ ਇਸ ਮਹਿਫਲ ਨੂੰ ਮਦੀਨੇ ਦਾ ਗਲੀ ਬਣਾ ਦੇ ਮਦੀਨੇ ਦੀ ਮੁਹੱਲਾ ਬਣਾ ਦੇ ਜਿਹੜਾ ਆਵਾਜ਼ ਬੁਲੰਦ ਕਰੇ ਹਰ ਇੱਕ ਦਾ ਟਿਕਟ ਉਮਰੇ ਦਾ ਇੱਕ ਹੋਵੇ ਇੱਕ ਹੋਵੇ ਮੈਂ ਕਹਿੰਦਾ ਅੱਲਾ ਸਾਰਿਆਂ ਦੀ ਟਿਕਟ ਬਜ਼ਮੇ ਕੌਣ ਬਜ਼ਮੇ ਕੌਣ ਸਜਾਨੇ ਕੇ ਲੀਏ ਆ ਪਾਏ ਕਾਫਲੇ ਵਾਲੇ ਬਟਕ ਜਾ ਇਨਾ ਮੰਜ਼ਲ ਸੇ ਕਹੀਂ ਦੂਰ ਤੱਕ ਰਾ ਦੂਰ ਤੱਕ ਰਾ ਦਿਖਾਨੇ ਕੇ ਲੀਏ ਬੋਲੋ ਯਾਰ ਬੋਲੋ ਦੂਰ ਤੱਕ ਰਾ ਦਿਖਾਨੇ ਕੇ ਲੀਏ ਆ ਪਾਏ ਬਜ਼ਮੇ ਕੌਣ ਸਜਾਨੇ ਕੇ ਲੀਏ ਅੱਲਾ ਤਬਾਰਕ ਵਤਾਲਾ ਦੀ ਬੇਹੱਦ ਹਮਦ ਹੋ ਸਨਾ ਤਬਾਦ ਬੇਹੱਦ ਦਰੂਦ ਲਤ ਦਾ ਦਰੂਦ ਬੇਸ਼ਮਾਰ ਦਰੂਦ ਮਦੀਨੇ ਕੇ ਤਾਜਦਾਰ ਇਮਾਮ ਉਲ ਅੰਬੀਆ ਹਜ਼ੂਰ ਸਰਵਰੇ ਕਲਬ ਸੀਨਾ ਯਤੀਮਾ ਦੇਵਾਲੀ ਮਸਕੀਨਾ ਦੇਵਾਲੀ ਅਰਸ਼ਾਂ ਦੇ ਰਾਹੀ ਮਦੀਨੇ ਦੇ ਬਾਹੀ ਬਲਕਿ ਇੰਜ ਕਹਿ ਲੋ ਹਮ ਸਭ ਕੇ ਸਹਾਰਾ ਜਿਹਨੂੰ ਛੱਕ ਕੇ ਉਹ ਨਾ ਬੋਲੇ ਉਹ ਬੋਲੇ ਜਿਹਨੂੰ ਯਕੀਨ ਹੈ ਪੱਕੇ ਕਿ ਸਾਡਾ ਇੱਥੇ ਵੀ ਬੇਰਾ ਮੁਸਤਫਾ ਦੇ ਕਦਮਾਂ ਦੇ ਸਦਕੇ ਕੁਰਬਾਨ ਹੈ ਕਬਰ ਵਿੱਚ ਵੀ ਹਸ਼ਰ ਵਿੱਚ ਵੀ ਹਰ ਜਗ੍ਹਾ ਤੇ ਅਗਰ ਅਸੀਂ ਕਾਮਯਾਬ ਹੋਣਾ ਹੈ ਤੇ ਮਦੀਨੇ ਦੇ ਤਾਜਦਾਰ ਦੇ ਸਦਕੇ ਹੋਣਾ ਹੈ ਹਮ ਸਭ ਕੇ ਸਹਾਰਾ ਬੋਲੋ ਹਮ ਸਭ ਕੇ ਸਹਾਰਾ ਹਮ ਸਭ ਕੇ ਆਕਾ ਹਮ ਸਭ ਕੇ ਗਮਖਾਰ ਹਮ ਸਭ ਕੇ ਲਜਪਾਲ ਅਬੂ ਬਕਰ ਕੇ ਪਿਆਰੇ ਉਮਰ ਕੇ ਪਿਆਰੇ ਉਸਮਾਨ ਕੇ ਪਿਆਰੇ ਅਲੀ ਕੇ ਪਿਆਰੇ ਹੁਸੈਨ ਕੇ ਨਾਨਾ ਜ਼ਹਰਾ ਕੇ ਬਾਬਾ ਸਭ ਕੁਛ ਬਣਾ ਉਸਕੇ ਸਦਕੇ ਜੋ ਕੁਛ ਹੈ ਆਬਾਦ ਦੁਨੀਆ ਮੇ ਸਭ ਕੁਛ ਹੈ ਉਸਕੇ ਸਦਕੇ ਜੋ ਕੁਛ ਬਣਾ ਹੈ ਦੁਨੀਆ ਮੇ ਸਭ ਕੁਛ ਹੈ ਉਸਕੇ ਸਦਕੇ ਅਗਰ ਵੋ ਨਾ ਆਤੇ ਦੁਨੀਆ ਮੇ ਰੌਣਕ ਨਾ ਹੋਤੀ ਅਗਰ ਵੋ ਦੁਨੀਆ ਮੇ ਜਲਵਾਗਰ ਨਾ ਹੋਤਾ ਅਗਰ ਵੋ ਦੁਨੀਆ ਮੇ
اگر نہ ہوتے کون جاندا سی مکہ تے مدینہ سب کچھ سر حمدا ساریاں تعریفا درود و سلام مدینے کے تاجدار امام الانبیاء صلی اللہ علیہ وآلہ وسلم دی ذات پاک برکات دے اوتے حضرات گرامی سبنا دوستاں بھائیاں نو بزرگاں نو مدینے دے تاجدار دے غلاماں نو عشاقاں مصطفی صلی اللہ علیہ وآلہ وسلم نو اسٹیج تے علماء کرام جنبے غفیر نے میرے سر دے تاج دے انہاں نو سب نو میری طرف سے السلام علیکم ورحمۃ اللہ وبرکاتہ حضرات گرامی ایک آیات کریمہ تواڈے سامنے رب دی توفیق دے نال سونے محبوب دی نظر کرم دے نال تلاوت کیتی ہے ویسے تے سارے دا سارا قرآن ہی نعت ہے پاک کے نا بولو پھر بولو سارے سارا قرآن ہی نعت ہے لیکن میں ایک ایت محبوب دی شان تے بیان کیتی ہے میں کہنا اللہ ورفعنا لک ذکرک جس محبوب دا ذکر تو بلند کیتا ہوئے اسی تے اپنے گناواں دا کفارہ کرنے واسطے آ گئے حاضری لگوانی ہے دو تین گلاں تواڈے سامنے پیش کرنیاں نے کہ میرا نبی رحمت کیوں بن کے آیا اکھاں وچ آنسو ہی آن گے اچھا دسو اپنی ایمان نال یارو کسے امت دے حصے وچ موسیٰ آیا کسے امت دے حصے وچ عیسیٰ روح اللہ آئے کسی امت دے حصے وچ حضرت سمود علیہ السلام آئے کسی امت دے حصے وچ خلیل اللہ علیہ السلام آئے کسی امت دے حصے وچ ذبیع اللہ علیہ السلام آئے یارو کوئی امت ایسی بھی ہے جدے حصے وچ محبوب خدا آئے ہوں تے بولو یارو تاڑی حصے وچ آئے نا بولو سبحان اللہ اچھا میں نقیب محفل جناب میں نے نام تو واقف نہیں قاریہ صاحب میں نے اے دسو ਤੁਹਾਨੂੰ ਕਿਸੇ ਚੀਜ਼ ਦੇ ਨਾਲ ਪਿਆਰ ਹੋਵੇ ਬਲਕਿ ਇੰਜ ਕਹਿ ਲਓ ਅਲੀ ਭਾਈ ਤੁਹਾਡਾ ਸਾਊਂਡ ਬਹੁਤ ਪਿਆਰਾ ਚੱਲਦਾ ਹੈ ਤੁਹਾਨੂੰ ਆਪਣਾ ਸਾਊਂਡ ਤੁਹਾਡਾ ਰੋਜ਼ਗਾਰ ਹੈ ਮੈਂ ਕਹਾਂ ਮੈਨੂੰ ਦੇ ਦੇ ਤੂੰ ਦੇਗਾ ਫ੍ਰੀ ਦੇਗਾ ਤੂੰ ਕਹਿੰਦਾ ਮੌਲਵੀ ਜਾ ਕੰਮ ਕਰ ਜਾ ਕੇ ਭਾਵੇਂ ਆ ਕੇ ਰੋਜ਼ਾਨਾ ਮਹਿਫਲਾਂ ਪੜ ਲਿਆ ਕਰ ਤੈਨੂੰ ਸਾਊਂਡ ਨਹੀਂ ਉਹ ਦੇਣਾ ਬੋਲ ਯਾਰ ਨਹੀਂ ਦੇਣਾ ਲੇਕਿਨ ਯਾਰੋ ਦੇਖੋ ਅਸੀਂ ਤਾਂ ਮੰਗਿਆ ਵੀ ਨਹੀਂ ਗਏ ਅਸੀਂ ਤਾਂ ਮੰਗਿਆ ਵੀ ਨਹੀਂ ਗਏ منگیا جے آئے منگیا جے نہیں رب نے فرمایا کی یاد کرو گے میرا کیرا کیرا احسان جتلاؤ گے سب تو وڈا احسان اے آ گھر بیٹھے محبوب دا امتی بنا چھڈیا جا محبوب ہی ہو جڑا دوسرے دے غماں نوں اپنا غم سمجھ جڑا ساری جہان واسطے رحمت بن کے آئے ہائے بلکہ انج کہہ لو قرآن دی میں تلاوت کراں گا سبحان اللہ دی مینوں صدا چاہیے جیہدا سینہ ٹھرے قرآن سن کے اور اس یقین نال قرآن سنے کہ وَنُنَزِّلُ مِنَ الْقُرْآنِ مَا هُوَ شِفَاءٌ کہ قرآن شفا تے بیمار کوئی اس نیت نہ سنے کہ اللہ میری بیماری دور کرے انشاءاللہ اللہ شفا دے گا آو حضرات گرامی اللہ فرماتا ہے اعوذ باللہ من الشیطان الرجیم بسم اللہ الرحمن الرحیم اللہ فرماتا ہے یا ایھا النبی انا ارسلناک شاہدا ومبشرا ونذیرا اللہ فرماتا ہے حضور دے غلام رب فرماتا ہے حضور دے غلام میرے مدینے دے غلام حضور دے عاشق تانوں میں نبی او دتا اے او دتا اے بلکہ اج کہہ لو تواڈے وال او نبی کلیا اے او کلیا اے جدا چلنا چلنا کل سیرو رب فرماندا جدا چلنا جدا چلنا او دا چلنا نہیں ہے خدا دا چلنا فرمایا حضور دے غلام چنو نبی او دتا اے میں بھی شاہدا میرا نبی بھی شاہد اے فرمایا میں بھی مبشر میرا نبی بھی مبشر اللہ فرماندا میں بھی نذیر میرا محبوب نذیر بلکہ
ਇੰਜ ਕਹਿ ਲਵੋ ਮੇਰੇ ਨਬੀ ਦੇ ਗੁਲਾਮ ਮੇਰਾ ਚਿਹਰਾ ਕੋਈ ਨਹੀਂ ਹੈ ਤੁਹਾਨੂੰ ਵਦੁਆ ਦੇ ਚਿਹਰੇ ਵਾਲਾ ਦਿੱਤਾ ਮੇਰਾ ਸੀਨਾ ਨਹੀਂ ਹੈ ਅਲਮ ਨਸ਼ਰਾ ਦੇ ਸੀਨੇ ਵਾਲਾ ਦਿੱਤਾ ਬਲਕਿ ਇੰਜ ਕਹਿ ਲਵੋ ਰੱਬ ਬਣਵਾਉਂਦਾ ਹੈ ਅਲਹਮਦੁਲਿਲਾਹ ਰੱਬਿਲ ਆਲਮੀ ਮੈਂ ਰੱਬ ਆਲਮੀਨ ਆਲਮੀਨ ਤੁਹਾਨੂੰ ਉਹ ਦਿੱਤਾ ਏ ਜਿਹੜਾ ਰਹਿਮਤ ਲੀਲਾ ਆਲਮੀਨ ਵਾਲ ਤੇਰਾ ਮਤ ਬਣ ਕੇ ਆਏ ਆਲਮੀਨ ਵਾਸਤੇ ਰੱਬ ਪਰਮਾਤਮਾ ਕੋਈ ਆਪਣਾ ਹੋਵੇ ਪਰਾਇਆ ਹੋਵੇ ਕੋਈ ਮੈਨੂੰ ਮੰਨੇ ਨਾ ਮੰਨੇ ਬੋਲੋ ਕਿ ਯਾਰੋ ਕਿ ਨਹੀਂ ਕੋਈ ਮੈਨੂੰ ਮੰਨੇ ਨਾ ਮੰਨੇ ਮੇਰੀ ਬਾਰਗਾਹ ਵਿੱਚ ਆਏ ਨਾ ਆਏ ਫਰਮਾਇਆ ਅਗਰ ਮੈਂ ਰੱਬ ਆਲਮੀਨ ਮੇਰਾ ਰੱਬੀ ਰਹਿਮਤ ਲਿਲ ਆਲਮੀਨ ਮੈਂ ਵੰਡ ਕਰਨ ਲਗਾ ਜੇ ਰੱਬ ਫਰਮਾਉਂਦਾ ਮੇਰੇ ਨਬੀ ਪਾਕ ਦੀ ਹਦੀਸ ਮੁਬਾਰਕਾ ਹੈ ਮੇਰਾ ਨਬੀ ਫਰਮਾਉਂਦਾ ਬੰਦਾ ਸਾਰੀ ਉਮਰ ਗੁਨਾਹ ਕਰੇ ਵਕਤੇ ਨਜ਼ਾ ਹੋਵੇ ਜ਼ਬਾਨ ਤੇ ਕਲਮਾ ਹੱਕ ਜਾਰੀ ਹੋ ਜਾਏ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾ ਮੇਰਾ ਨਬੀ ਫਰਮਾਉਂਦਾ ਏ ਸਾਰੀ ਉਮਰ ਦੇ ਗੁਨਾਹ ਇੱਕ ਪਾਸੇ ਕਾਮਤ ਵਾਲੇ ਦਿਨ ਕਲਮੇ ਦੀ ਫਜ਼ੀਲਤ ਇੱਕ ਪਾਸੇ ਲੇਕਿਨ ਦੋਸਤੋ ਭਾਈ ਉਹ ਮੇਰਾ ਨਬੀ ਕੀ ਫਰਮਾਉਂਦਾ ਏ ਅਬੂ ਜਾਲ ਦੇ ਬੂਵੇ ਤੇ ਗਏ 404 ਮਰਤਬਾ ਦਰਦ ਵਾਲਾ ਸੀਨਾ ਬੇਦਰਦਾ ਤੇ ਨਹੀਂ ਸੀ ਹੈ ਹਜ਼ਰਤ ਮੂਸਾ ਕਲੀਮੁੱਲਾ ਦੀ ਕੌਮ ਦੇ ਕੁਮਤੀ ਮੈਂ ਵੰਡ ਕਰਦਾ ਜਾਵਾਂ ਗੱਲ ਸਮਝਾਉਂਦਾ ਜਾਵਾਂ ਉਹ ਮੇਰੇ ਦੋਸਤ ਭਾਈਓ ਉਹ ਮਦੀਨੇ ਦੇ ਪਾਕ ਮੁਸਾਫਰੋ ਇਸ ਯਕੀਨ ਦੇ ਨਾਲ ਬਵੋ ਮੇਰਾ ਨਬੀ ਫਰਮਾਉਂਦਾ ਏ ਜਿਹੜਾ ਮੇਰੀਆਂ ਮਹਿਫਲਾਂ ਸਜਾਉਂਦਾ ਏ ਇੱਕ ਦਿਨ ਆਏਗਾ ਇੱਕ ਦਿਨ ਆਏਗਾ ਬਲਕਿ ਉਹਨੀ ਦੇਰ ਤੱਕ ਮਰ ਨਹੀਂ ਸਕਦਾ ਜਿੰਨੀ ਦੇਰ ਤੱਕ ਮੇਰੇ ਰੋਜ਼ੇ ਤੇ ਨਾ ਆ ਜਾਏ ਆਓ ਹਜ਼ਰਤ ਗਰਾਮੀ ਅਬੂ ਜਾਲ ਦੇ ਬੂਵੇ ਤੇ ਮੇਰੇ ਨਬੀ ਪਾਕ 404 ਮਰਤਬਾ ਚੱਲ ਕੇ ਗਏ ਇਮਾਮ ਹੁੰਬਲ ਲਿਖਦੇ ਨੇ ਕਹਿੰਦੇ ਨੇ 404 ਮਰਤਬਾ ਲੈ ਕੇ ਗਏ ਇਮਾਮ ਤਬਰਾਨੀ ਲਿਖਦੇ ਨੇ 303 ਮਰਤਬਾ ਚੱਲ ਕੇ ਗਏ ਅਲਾਮਾ ਅਬਦੁਲ ਹਕ ਮੁਹਤਸ ਦੇਲਵੀ ਲਿਖਦੇ ਨੇ ਮੇਰੇ ਨਬੀ ਪਾਕ 184 ਮਰਤਬਾ ਚੱਲ ਕੇ ਗਏ ਕਹਿੰਦੇ ਚਾਚਾ ਇਹ ਚੱਲ ਲਜਪਾਲ ਨਹੀਂ ਉਹ ਲਬਨਾ ਬੋਲੋ ਯਾਰ ਮੇਰੇ ਨਬੀ ਦੇ ਲਜਪਾਲੀ ਦੇ ਬੋਲੋ ਲਜਪਾਲ ਨਹੀਂ ਉਹ ਲਬਨਾ ਜਿੱਦਾਂ ਮੈਂ ਲਜਪਾਲਾ ਮੈਂ ਜਨਤਾ ਬਣਦਾ ਪਿਆ ਬਖਸ਼ਿਸ਼ ਕਰਵਾਉਣ ਵਾਸਤੇ ਆਇਆ ਵਾ ਗਮਖਾਰਾ ਦਰਦ ਵੰਡਣ ਵਾਸਤੇ ਆਇਆ ਵਾ ਦਰਦ ਵੰਡਣ ਵਾਸਤੇ ਆਇਆ ਵਾ ਐ ਚਾਚਾ ਮੇਰੇ ਕੰਨ ਵਿੱਚ ਕਲਮਾ ਪੜ ਲੈ ਮੁਸਲਮਾਨ ਹੋ ਜਾਏਗਾ ਮੁਸਲਮਾਨ ਹੋ ਜਾ ਜੰਨਤ ਦੀਆਂ ਟਿਕਟਾਂ ਮੈਂ ਦੇ ਦੇਣਾ ਵਾ ਜੰਨਤ ਮੈਂ ਅਤਾ ਕਰ ਦੇਣਾ ਵਾ ਮੈਂ ਦੱਸਣਾ ਇਹ ਚਾਹਨਾ ਵਾ ਅੱਲਾ ਅਗਰ ਤੂੰ ਰੱਬ ਆਲਮੀਨ ਤੇਰਾ ਨਬੀ ਦੀ ਰਹਿਮਤ ਵਾਲਾ ਏ ਤੇਰਾ ਪੈਰਾਂ ਵਿੱਚ ਕੰਡੇ ਵਛਾਵੇ ਤੇਰਾ ਨਮਾਜ਼ ਦੀ ਹਾਲਤ ਵਿੱਚ ਊਂਟ ਦੀ ਹੋਜੀ ਚੁੱਕ ਕੇ ਲਿਆ ਕੇ ਮੋਹਰ ਨਬੂਵਤ ਰੱਖ ਦਵੇ ਤਰ੍ਹਾਂ ਤਰ੍ਹਾਂ ਦੀਆਂ ਸਜ਼ਾਵਾਂ ਦਵੇ ਸਭ ਤੋਂ ਜ਼ਿਆਦਾ ਮੁਖਾਲਬਤ ਕਰੇ ਅੱਲਾ ਤੇਰਾ ਨਬੀ ਤੇਰੀ ਰਹਿਮਤ ਵਾਲਾ ਏ ਉਹ ਸਾਡਾ ਨਬੀ ਇੰਜ ਕਹਿ ਲਵੋ ਸਾਡਾ ਨਬੀ ਏਡੀ ਰਹਿਮਤ ਵਾਲਾ ਏ ਦੁਸ਼ਮਣ ਨੂੰ ਵੀ ਦੋਜ਼ਖ ਦੇ ਵਿੱਚ ਜਾਂਦਾ ਬਰਦਾਸ਼ਤ ਨਹੀਂ ਆਉਂਦਾ ਬਹਾਨੇ ਪਾਣ ਨਾ ਕਹਿੰਦੇ ਨੇ ਚਾਚਾ ਕਲਮਾ ਪੜ ਲੈ ਜੰਨਤ ਅਤਾ ਕਰ ਦਿੰਦਾ ਲੇਕਿਨ ਕੁਰਬਾਨ ਜਾਵਾਂ ਇਹ ਤੇ ਅਬੂ ਜਾਲ ਕੋਈ ਐਸੇ ਵੀ ਹੈ ਨੇ ਕਾਲੇ ਰੰਗ ਦੇ
बोलो आशको गाजी मुमताज कर दी थी इलाके वालों बोलो काले रंग दे मोटे मोटे होठ वाले कुडरे बाला वाले रंग दे काले गुलाम चल के नहीं जांदे हजरत अबू बकर सदीक दे मुंह विचों कदी 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 अल्लाह दे नबी दा नाम सुनदा है बलाल लेकिन कुर्बान हो जांदा है क्योंकि कलंदर लाहौर दी रूह तरपी कलम चोके बलाल दे इश्क विच कमाल कर छड़िया कह लगे सहरा की तपती रेत पे बोलो बोलो सहरा की तपती रेत पे कहते थे हजरत बलाल सहरा की तपती रे मैं कहना अल्लाह पता नहीं कि हाजरी कबूल हो जाए केरा तेरी पाक बारगाह दे अंदर तेरे नबी दा गुलाम कबूल हो जाए सारे दी हाजरी हो जाए आशिक दी पाक बारगाह दे अंदर हाजरी लगवाओ ओए काजी ममताज कादरी दे इलाके वालियो ओने दस्या है ओ जेलम वालियो रावलपिंडी वालियो मेरे नबी दे गुलामो जिथे जिथे मौका मिले गुलामी दा अल्लाह अकबर या रसूल अल्लाह या नबी हम जाया रसूल के गुलाम है मौत भी कबूल है जिंदगी फजूल है जिंदाबाद सहरा की तपती रेत पे कहते थे हजरत बलाल सहरा अगर एक गल समझ के नहीं आई तो अपने पीरे कमल सुल्तान अल आरिफीन की बारगाह च ले जाओ ले जाओ बोलो 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 उच्चो सुभान अल्लाह इतने मेरा पीरे कमल की लिखता है मेरा क्योंकि 404 मरतबा चल के जाते ना मेरे नबी पाक अबू जाल दे बूए ते जैसे मेरा पीर कहता है बलाल सलाम कबूल कर लेंदा रहमत तो मुस्तफीद हो जाता है फायदा उठा लेंदा इतने मेरे पीर कमल की लिखते ने आप फरमाने खारे खू वाली भाई तेनू सलामत रखे अल्लाह तेरा दिन रात तुम्हें चके तरक्कियां अता फरमाए खारे खू कदी मिठे नहीं थी दे पावे सहमना खंड पाइए अच्छा यार मैंने दसो मेरे नबी दे गुलामो कहो जी बोली समझ दे जी जे हुण भी नहीं जे बोलना आशिक बन के आए हो खुद नहीं जे आए महबूब ने बुलाया तो आए गए ते मेरे नबी दे नाते जिन्होंने बोले हाए उस तो वड्डा कोई बदनसीब हो सकता है जिहड़ा अपने महबूब का नारा बुलंद ना करे यारो अज तक अल्लाह ने जे रज्जा नारा बुलंद कर करके उसका पूरा कुरान ही नात बना के पेज छड्या है अल्लाह बुलंदा मैं किसी ने छड्या ही नहीं जे अपने नबी नूं मैं ही रज्जा को नहीं जे अजे तक बस तुसी ते अपना हक अदा करया करो गुलामी दा बोलो ना खारे खू कदी मिठे नहीं थी दे पावे सहमना खंड पाइए मित्र निथी दे पावे दुध पतियां पलाइए कावां दे पुत्र कदी हंस निथी दे
पावे चूरियां कुट कुट पाइए तोर मक्के ले जाइए। मैं कहना अल्लाह जरा उच्ची सुभान अल्लाह कवे, अल्लाह दे दिल नु रोशन ते मुनव्वर कर दवे। सहरा की तपती रेत पे बल्कि कह लो इश्के सरकार की क्षमा जला लो सीने मैं क्या कलंदर लोरी अल्लामा इकबाल साहब अगर इश्के सरकार दी छम्मा जला लिए फिर की होएगा उन्हें क्या चुप कर दो टके दिया मौलविया जा गाजी ममताज कादरी को पूछ फिर की होएगा फिर की होएगा फिर की होएगा उन्हें क्या होएगा ए जनाजा दस्तेगा गुलाम इश्क़े सरकार की थक गए हो अच्छा हाथ खड़ा करो अपनी मां ने जे लंगर वास्ते आया लंगर वास्ते नहीं ना आए ओ भी अलवी बरादरान अवान बरादरान मलक बरादरान को लंगर लंगर है असीं तां रज रज खावांगे लंगर असी लंगर वास्ते भी आए हैं सोने नु राजी करने वास्ते भी आए हैं जरा कला राजी करने वास्ते लंगर न खावे वो सुन्नी नहीं हो सकता हाय 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 इश्के सरकार की क्षमा जला लो सीने में इश्के सरकार की क्षमा जला इश्के मैं अल्लाह दवा करना वा जेरा बोले लब खोले 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 जेरा बोले लब खोले लब खोले ओ भी मदीने होवे ओदी जबान भी मदीने होवे ओदा जिस्म भी मदीने होवे खरा हो के कवे जब तक बिके ना थे कोई पूछ जाना था तुमने खरीद कर अनमोल कर लिया इश्के सरकार की क्षमा जला लो सीने में बाद मरने के लहद में उजाला बल्कि निकलो की मोहम्मद है वफा तूने तो हम तेरे हैं ये जहां चीज है क्या लोह सहरा की तपती रेत पे कहते थे हजरत बलाल इश्के नबी में जे सजा मुझे बार बार दो बल्कि थोड़ी दुखती रख दिया थरक रवा इश्के नबी में कहते थे गाजी ममताज इश्के नबी पे कहते थे गाजी इल्मो दीन इश्के नबी पे कहते थे आमर चीमा
इश्क़े नबी पे कहते हैं ये सारे गुलाम, इश्क़े नबी में कहते हैं ये सारे गुलाम, इश्क़े नबी में ये सजा हमें बार बार दो, इश्क़े नबी में ये सजा हमें बार बार दो। वबा अरसला का इल्ला रहमत लिल बल्कि मेरे नबी पाक ने फरमाया ना, मेरे नबी पाक सल्लल्लाहु अलैहि वसल्लम कराम दे जम्मे गफीर है, इन्हां दे कदमां नूं हाथ ला के अर्ज करना चाहना मेरे नबी माना, जदों कियामत वाले दिन कोई भी साया नहीं ना होएगा, उदों एक रब दी अर्शे मौला दा सवा होएगा। ओए लोगो, जब तुहाडे मुहम्मद रसूलल्लाह दी रहमत दा साया आएगा, कोई अपना आ गया तां वी गया, पराया आ गया तां वी गया, ए जेलम वाले चले गए तां वी गए, आए तां वी गए नाल। फतह मक्का तो बाद ना मेरे नबी पाक बैठे अबू जहल दी नौ, अकरमा दी बीवी आई कहन लगी, अल्लाह दे नबी जी, या रसूलल्लाह, मेरे खावंद अगर तुहाडी बारगाह च आन ते ओनू माफ कर दवोगे? बोलो यार, बोलो, खुदा दी कसम, सुभान अल्लाह, सुभान अल्लाह, माफ कर दोगे? मेरे वहां हां माफ कर दवांगा। और असी ना यकीन ना आया, क्योंकि अकरमा गजवा बदर दे विच, गजवा अहद ते, गजवा खंदक ते, हर गजवा दे अंदर मेरे नबी पाक दे खिलाफ लड़िया। जो फतह मक्का आया ते बीवी आके कहंदी तुसी माफ कर दोगे, मेरे सोहरे ने तुहानू गालियां बनियां दित्तियां जी। मेरे नबी पाक ने इंज करके वेख्या, फरमाया बेटी जा, तू लैके ते आ, ये बारगाह ओए जिथे बदला नहीं लिया जाता, बस रहमत वंडी जाती है, लैके ते आ। कहने लगी, अल्लाह दे नबी जी, अगर मेरा खावद आ जाए तो तुसी उन्हें माफ कर दोगे? इंज करके देखा, फरमाया हाँ माफ कर दवांगा, खुदा दी कसम। सुनना, फिर तीसरी बार फरमाया, लैके ते आ। रावी लिखदा है, उस बीबी ने की कीता, बच्ची ने की कीता, अबू जहल दी नौ ने की कीता, चुन्नी लाई ला किस तरह सिर दे कुट के बन लई, जुत्ती लाई मेरे नबी दी बारगाह दे अंदर। कहने लगी, मेरे दिल दे अंदर ख्याल आया किते मुसलमाना दा नबी मुकर ना जाए, मुकर ना जाए। मैं कहना, चलिए तू की जाने, मेरे नबी ने जीती भी बहा फरिए, ना इस जहां छटिए, ना कबर विच छटिए, ना हशर विच छटिएगा। कह लगी, मैं चुन्नी इस तरह बन ली, भजना शुरू कर दिता। हुन मेरे नबी पाक ने की कीता, उमर बिन खताब ने इंज करके वेख्या, क्योंकि अबू जहल ने सजावां दित्तियां सन, ते हजरत अली अल मुर्तदा ने इंज करके मेरे नबी साहबा, मेरे गुलामो, गल ए आ, मैनूं पता है अबू जहल ने ए बच्ची दे सुसर ने और इहदे खावंद ने तुहाडे नाल बड़ियां ज़ियादतियां कीतियां, तुहानू मारिया है, तुहानू मक्क्यों कढ़िया है, एडा सोहना शहर छड्ड के जान ते मजबूर कीता है, लेकिन वेखियो मैं रहमत लिल आलमीन। अगर वो अपने खामद नू लैके आवे ना, ते ओदे मुंह ते, ओदे पुत्तर दे मुंह ते, ओदे खामद दे मुंह ते, ओदे प्यो नू बुरा ना कहा जे किते ओदा दिल दुख जाए। मेरे नबी तो वड्डा कोई रहमत लिल आलमीन है? बोलो,
ਬੁਰਾ ਨਾ ਕਿਹਾ ਜੇ ਕਿਤੇ ਉਹਦਾ ਦਿਲ ਦੁੱਖ ਜਾਏ। ਰਾਵੀ ਲਿਖਦਾ ਅਕਰਮ ਆਇਆ ਡਰਦਾ ਡਰਦਾ ਕੰਮਦਾ ਕੰਮਦਾ ਆਇਆ ਮੇਰੇ ਨਬੀ ਪਾਕ ਨੇ ਪਰਵਾਇਆ ਮੇਰੇ ਨਬੀ ਮੰਗਵਾਇਆ ਕਰਮਾ ਕੰਮਦਾ ਕਿਉਂ ਏ ਅਗਰ ਇਖਲਾਸ ਲੈ ਕੇ ਆਇਆ ਏ ਇਖਲਾਸ ਲੈ ਕੇ ਆਇਆ ਏ ਮੁਹੱਬਤ ਲੈ ਕੇ ਆਇਆ ਏ ਇਸ਼ਕ ਲੈ ਕੇ ਆਇਆ ਏ ਹੁਸੈਨ ਦਾ ਨਾਨਾ ਜਾਣੇ ਹੁਸੈਨ ਦਾ ਨਾਨਾ ਜਾਣੇ ਜ਼ਹਰਾ ਦਾ ਬਾਬਾ ਜਾਣੇ ਜਾਂ ਖੁਦਾ ਜਾਣੇ ਅਕਰਮਾ ਕੋਲ ਆਇਆ ਮੇਰੇ ਨਬੀ ਪਾਕ ਨੇ ਹੱਥ ਵਰਿਆ ਕਹਿ ਲਗਾ ਅਕਰਮਾ ਬੋਲ ਕਹਿ ਲਗਾ ਜੀ ਮਾਫੀ ਮੰਗਣਾ ਏ ਮੇਰੇ ਨਬੀ ਪਾਕ ਨੇ ਫਰਮਾਇਆ ਚੱਲਿਆ ਕਿਹੋ ਜਿਹੀਆਂ ਗੱਲਾਂ ਕਰਨਾ ਏ ਜਦੋਂ ਤੇਰੀ ਬੀਵੀ ਆਈ ਸੀ ਮਾਫੀ ਮੰਗਣ ਵਾਸਤੇ ਕਿਉਂਕਿ ਜ਼ਹਰਾ ਦੇ ਬਾਬੇ ਦਾ ਦਰ ਏ ਜਿਹੜਾ ਇੱਕ ਵਾਰੀ ਆਉਂਦਾ ਏ ਦੁਬਾਰਾ ਸਵਾਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਤੇ ਉਦੋਂ ਹੀ ਤੈਨੂੰ ਮਾਫ ਕਰ ਤੈਨੂੰ ਮਾਫ ਕਰ ਛੱਡਿਆ ਸੀ ਯਾ ਰਸੂਲ ਅੱਲਾਹ ਯਾ ਰਸੂਲ ਅੱਲਾਹ ਯਾ ਅਲੀ ਮੈਂ ਤੇ ਉਹਦੇ ਤੈਨੂੰ ਮਾਫ ਯਾਰੋ ਅਸੀਂ ਤੇ ਫਿਰ ਕਲਮਾ ਗੋਏ ਹਾਂ ਅਸੀਂ ਤੇ ਫਿਰ ਕਲਮਾ ਗੋਏ ਇਹ ਅਲੱਗ ਗੱਲ ਆਪਣੇ ਨਬੀ ਦੀ ਅਜ਼ਮਤ ਨੂੰ ਨਹੀਂ ਪਹਿਚਾਣਦੇ ਕਿਉਂਕਿ ਸਾਨੂੰ ਪਲੇਟ 'ਚ ਰੱਖ ਕੇ ਰੱਬ ਨੇ ਆਪਣਾ ਮਹਿਬੂਬ ਦੇ ਛੱਡਿਆ ਹੈ ਨਾ ਹਾਏ ਸਾਨੂੰ ਮੰਗਣਾ ਨਹੀਂ ਪਿਆ ਮੂਸਾ ਕਹਿੰਦਾ ਇਹਨਾਂ ਰੱਬਾ ਇਹ ਨਬੂਵਤ ਲੈ ਲਾ ਇਹ ਉਮਤ ਵੀ ਲੈ ਲਾ ਬਣੀ ਇਸਰਾਇਲ ਦੀ ਮੈਨੂੰ ਉਹ ਉਮਤ ਦੇ ਉਹ ਜਦੋਂ 10 ਲੱਖ ਗੱਲ ਨਿਕਲ ਆਈ ਯਾਰ ਮੈਂ ਇੱਕ ਤੁਹਾਡੀ ਇਜਾਜ਼ਤ ਹੋਵੇ ਤੇ ਇਹ ਵੀ ਬਿਆਨ ਨਾ ਕਰ ਛੱਡਾ ਕੌਮ ਕਹਿਣ ਲੱਗੀ ਮੂਸਾ ਤੇਰੇ ਰੱਬ ਨੇ ਤੇ ਤੂੰ ਸਾਨੂੰ ਮਰਵਾ ਛੱਡਿਆ ਤੂੰ ਤੇ ਤੇਰੇ ਰੱਬ ਨੇ ਸਾਨੂੰ ਅੱਗੇ ਦਰਿਆ ਪਿੱਛੇ ਕਰੋੜ ਦਾ ਲਸ਼ਕਰ ਸਾਡਾ ਕੀ ਬਣੇਗਾ ਤੇ ਮੂਸਾ ਕਲੀਮੁੱਲਾ ਨੇ ਅਸਮਾਨ ਵੱਲ ਮੂੰਹ ਕਰਕੇ ਕਿਹਾ ਰੱਬਾ ਮੈਂ ਤੈਨੂੰ ਕਹਿਣਾ ਸਾ ਨਾ ਉਹ ਦੇ ਰੱਬ ਨੇ ਫਰਮਾਇਆ ਕਿਹੜੇ ਕਿਹੜੇ ਮੰਗਣਾ ਫਰਮਾਇਆ ਤੇ ਮੈਂ ਕਹਿੰਦਾ ਉਹ ਦੇ ਕਿਹੜੇ ਉਹ ਦੇ ਜਿਹੜੇ ਹੋਣਗੇ 313 ਕਿੰਨੇ ਹੋਣਗੇ 313 ਕਹਿਣਗੇ ਅੱਲਾ ਦੇ ਨਬੀ ਜੀ ਅਗਰ ਤੁਸੀਂ ਸਮੁੰਦਰ 'ਚ ਵੀ ਛਲਾਂਗ ਲਗਾ ਦੋਗੇ ਅਸੀਂ ਜਾਣੀਏ ਸਾਡਾ ਕੰਮ ਜਾਣੇ ਅਸੀਂ ਜਾਣੀਏ ਸਾਡਾ ਇਸ਼ਕ ਜਾਣੇ ਬਲਕਿ ਕਿਹਾ ਹੋਏਗਾ ਮੈਂ ਕਹਿੰਦਾ ਉਸ ਵਕਤ ਕਿਹਾ ਹੋਏਗਾ ਮੂਸਾ ਕਲੀਮੁੱਲਾ ਨੇ ਉਹ ਦੇ ਜਿਹਦੀ ਨੌਕਰੀ ਵੀ ਚੰਗੀ ਹੋਏਗੀ ਬੋਲੋਗੇ ਯਾਰ ਹੁਣ ਤੁਹਾਡੇ ਇਲਾਕੇ ਦੀ ਜਿਹੜੀ ਪਹਿਚਾਣ ਗਾਜ਼ੀ ਮੁਮਤਾਜ਼ ਕਰਵਾ ਗਿਆ ਯਾਰ ਕੋਈ ਵੀ ਨਹੀਂ ਕਰਵਾ ਸਕਿਆ ਸੁਭਾਨ ਅੱਲਾਹ ਹੈ ਉਹਨੇ ਕਿਹਾ ਮੂਸਾ ਕਲੀਮੁੱਲਾ ਨੇ ਕਿਹਾ ਹੋਏਗਾ ਉਹ ਦੇ ਜਿਹਦੀ ਨੌਕਰੀ ਵੀ ਚੰਗੀ ਹੋਏਗੀ ਸੁਭਾਨ ਅੱਲਾਹ ਲੇਕਿਨ ਫਿਰ ਵੀ ਕਹੇਗਾ ਇਸ ਨੌਕਰੀ ਨੂੰ ਕਰਨਾ ਜੋ ਕੁਛ ਵੀ ਮਿਲਦਾ ਹੈ ਉਸ ਨੌਕਰੀ ਵਿੱਚ ਮਿਲਦਾ ਹੈ ਸੁਭਾਨ ਅੱਲਾਹ ਡਰੇਗਾ ਨਹੀਂ ਆਪਣੇ ਸਾਲ ਨਾਲ ਦੇ ਸਾਥੀਆਂ ਨੂੰ ਕਹੇਗਾ ਗੱਲ ਸੁਣੋ ਮੇਰੀ ਤੁਹਾਡਾ ਦਿਲ ਕਰੇ ਤੇ ਮੈਨੂੰ ਗੋਲੀ ਮਾਰ ਦਿਓ ਤੁਹਾਡਾ ਦਿਲ ਕਰੇ ਅੱਜ ਮੈਂ ਗੁਸਤਾਖੇ ਰਸੂਲ ਨੂੰ ਖਤਮ ਕਰਨਾ ਜੀ ਬੇਸ਼ੱਕ ਸੁਭਾਨ ਅੱਲਾਹ ਉਹਨੇ ਇਹ ਨਹੀਂ ਕਿਹਾ ਮੈਂ ਮਰ ਜਾਣਾ ਨਾਲ ਹੀ ਮੇਰੇ ਤਫਾਰੰਗ ਕਰ ਦੇਣਗੇ ਉਹਨੇ ਕਿਹਾ ਮੈਂ ਜਾਣਾ ਮਦੀਨੇ ਵਾਲਾ ਜਾਣੇ ਸੁਭਾਨ ਅੱਲਾਹ ਮੂਸਾ ਕਲੀਮੁੱਲਾ ਨੇ ਕਿਹਾ ਹੋਏਗਾ ਰੱਬਾ ਉਹ ਦੇ ਤੇਰੇ ਜਿਹੜੇ 313 ਹੋਣਗੇ ਅਸੀਂ ਤੇ ਯਾਰੋ ਉਹ ਹਾਂ ਆਓ ਜ਼ਰਾ ਸਮਾਤ ਕਰੋ ਮੇਰਾ ਨਬੀ ਕਿੰਨੀ ਰਹਿਮਤ ਵਾਲਾ ਹੈ ਕਿੰਨੀਆਂ ਰਹਿਮਤ ਵਾਲਾ ਹੈ ਸਾਨੂੰ ਤੇ ਰੱਬ ਨੇ ਮਹਿਬੂਬ ਦੇ ਛੱਡਿਆ ਮੂਸਾ ਕਲੀਮੁੱਲਾ ਕਹ ਰੱਬਾ ਉਮਤ ਵੀ ਰੱਖ ਲਾ ਨਬੂਵਤ ਵੀ ਰੱਖ ਲਾ ਲੇਕਿਨ ਇਹ ਮੇਰੇ ਹੱਥਾਂ ਲਵੇ ਉਹਦਾ ਉਮਤੀ ਬਣਾ ਦੇ ਸੁਭਾਨ ਅੱਲਾਹ ਜਿਹਨੇ ਇਸ ਜਹਾਨ ਤੇ ਵੀ ਪੱਲਾ ਪੰਨਾ ਹੈ ਕਬਰ ਵਿੱਚ ਵੀ ਤੇ ਹਸ਼ਰ ਵਿੱਚ ਸੁਭਾਨ ਅੱਲਾਹ ਨੇ ਆਪਣੇ ਉਮਤੀਆਂ ਨੂੰ ਛੱਡਣਾ ਨਹੀਂ ਲੇਕਿਨ ਆਓ ਜ਼ਰਾ ਕੁਰਬਾਨ ਜਾਵਾਂ ਮੇਰੇ ਨਬੀ ਪਾਕ ਕਿਨੇ ਕਿਤੇ ਵਾਸਤੇ ਰਹਿਮਤ ਲਿਲ ਆਲਮੀਨ ਬਣ ਕੇ ਆਏ ਨੇ ਆਓ ਜ਼ਰਾ ਸਵਾਦ ਕਰਨਾ ਮੇਰਾ ਅੱਲਾਹ ਪਰਵਾਉਂਦਾ ਹੈ ਲੋਗੋ ਮੇਰੀ ਜਦੋਂ ਬਾਰਿਸ਼ ਬਰਸਦੀ ਹੈ ਮੈਂ ਵੰਡ ਕਰ ਦਵਾਂ ਸਮਝਾ ਦਵਾਂ ਸਾਡੇ ਨਨਕਾਣੇ ਵਿੱਚ ਨਾ ਗੁਰਦੁਆਰਾ ਹੈ ਗੁਰਦੁਆਰੇ ਨਿਕਲਦੇ ਆ ਨਾਲ ਹੀ ਨਾ ਜਿੱਥੇ ਬਾਬੇ ਗੁਰੂ ਨਾਨਕ ਦਾ ਜਨਮ ਹੋਇਆ ਤੇ ਨਾਲ ਹੀ ਅੱਗੇ ਸਾਡੇ ਨਨਕਾਣਾ ਸਾਹਿਬ ਦੀ ਮਰਕਜ਼ੀ ਮਸਜਿਦ ਜਾਮਿਆ ਮਦੀਨਾ ਮਸਜਿਦ ਕਮੋ ਪੇਸ਼ 50,000 ਦਾ ਉਹਦੇ ਵਿੱਚ ਇਜਤਮਾ ਹੋ ਸਕਦਾ ਹੈ ਇਹ ਗੁਰਦੁਆਰੇ ਦਾ ਦਰਵਾਜ਼ਾ ਗੱਲ ਮੈਂ ਸਮਝਾਉਣਾ ਚਾਹੁੰਦਾ ਇਹ ਸਾਡੀ ਮਸਜਿਦ ਦਾ ਦਰਵਾਜ਼ਾ ਹੈ ਮਦੀਨਾ ਮਸਜਿਦ ਦਾ ਬਾਈ ਅਲੀ
जो रब की रहमत बरसती है ना रब ए नहीं वेखदा इत्थे राम राम करदे ने इत्थे अल्लाह अल्लाह करदे ने बराबर बरसती है ना बोलो यारो हजरत मूसा कलीमुल्ला ने कहना रब्बा तू वड्डा तेरी रहमत वड्डी जा तेरे बंदियां दे गुनाह वड्डे क्या मूसा सवाल तू भरे करना चल अच्छा तू सुबह आए सुबह आए ते जदों दरवाजा खोले ना अपने हुजरे दा वेख्या समंदर ही समंदर 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 दा कोई किनारा है नहीं बोलो यार कोई किनारा है नहीं इस तरह मूसा ने वेख्या ते एक परिंदा उड़दा आया ओदी चुंझ विच एक पत्थर एक कंकरी उन्हें ले आके सुट दी समंदर नूं पता ना चलिया फरमाया मूसा को समझा नहीं रब्बा समझा और मेरे रब ने फरमाया मूसा ए सारे दा सारा समंदर मेरी रहमत है क्यामत तक जिन्ने भी मेरे बंदे गुनाह करनगे एक कंकरी दे बराबर मेरी रहमत देंगे सुभान अल्लाह कंकरी दे बराबर मैं अर्ज करना चाहना वा अगर मेरा रब दी रहमत सारे वास्ते बराबर है मेरा अल्लाह सारे जहां दा रब खालक ते मालक ते राज़िक अल्लाह परवांदा है मेरे ते मेरे महबूब विच कोई भी फर्क नहीं है ओ बोले जा मैं बोला ओ चले जा मैं चला ओ कंकरियां फेंके वमा रमैता इज रमैता ओ फेंके जा मैं फेंका जादुल्लाह फौक दिए ओदे हाथ ओदे नहीं है अल्लाह परवांदा मेरे हाथ ने रब परवांदा है मेरा नबी ओ ए अगर सारे जान वास्ते मेरी रहमत बराबर मेरे नबी पाक मेरे महबूब हुसैन दे नाना जरे ने ओ भी सारी जान वास्ते आलमीन वास्ते रहमत बन के आए सुभान अल्लाह रहमत बन के आए हैं मैं अर्ज करना चाहना वा कोई अपना होवे जा पराया होवे जेड़ा भी होवे मेरे नबी दी पाक बारगाह च आया झोलियां भर के गया रहमतां लेके गया अर्श मौला दी रात मेरे नबी पाक 40,000 साल दी रात गुजार के आए अतालब दा तालब दा मतलूब बन के दीदार करके आए साजदा मस्जूद बन के दीदार बन के आए बंदा बन के रब दा दीदार करके आए क्योंकि साबा कराम अज की अल्लाह दे नबी जी तुसी अर्श मौला ते गए हो तुहाडे दरमियान रब दे दरमियान किन्ना का फर्क सी मेरे नबी पाक बोले नहीं रब बोल पिया रब ने फरमाया महबूबा बोल के दस काबा कौ सही सुभान अल्लाह काबा कौ सैन दस इना का फर्क सी जिन्ना का दोवा उंगलियां दे दरमियान फर्क होंदा है आओ हजरते ग्रामी मेरे नबी आए अर्श माला दे छपे असरा दे दूला जो मक्के दी सर जमीन ते उतरे ने इस तरह बुराक तो उतरे की वेख्या अगे एक माई रोंदी पई है दोस्तों कोई दुनिया दा दूला बन जाए सारी जंज ओदे मतहत होंदी है ओदा नखरा नहीं पाया जांदा लेकिन मेरे नबी तवड्डा केरा रहमत लिल आलमीन रात नु दीदार खुदा करके आया है सुबह आके गम खार बन के लोगां दी सफारिश पिया कर सुभान अल्लाह सफारिश पिया कर दे माई रोंदी पई कोल के इन के मैं थक्या बहुत फरमाया अम्मा रोंदी क्यों आ कहन लगी जी मैं फला यहूदन दी नुकरानियां लोंडियां उन्हें मैं आटा लेने वास्ते भेजे सी मेरे को पैसे गुम हो गए मैं आटे तो भी लेट हो गई पैसे भी नहीं है मेरे नबी पाक किन्ने पैसे सी उन्हें कहा जी 5 रुपए 5 दिरहम मेरे नबी पाक ने इंज कट के दिते फरमाया अम्मा लै आटा लै जा माई फिर रोवे क्या अम्मा हुण की होए सुभान अल्लाह यार बोलो ना माई अम्मा हुण की होए बल्कि इंज कह लो ना मेरे नबी पाक मक्के दी गली चो निकले ना
ਇੱਕ ਮਾਈ ਨੇ ਤਿੰਨ ਚਾਰ ਪੰਡਾ ਬਣ ਕੇ ਰੱਖੀਆਂ ਨੇ। ਮੇਰੇ ਅੰਮਾ ਕਿੱਥੇ ਜਾਣਾ? ਉਹਨੇ ਕਿਹਾ ਮੱਕਿਓ ਬਾਹਰ ਜਾਣਾ। ਫਰਮਾਇਆ ਅੰਮਾ ਕੋਈ ਸਵਾਰੀ ਹੈ? ਉਹਨੇ ਕਿਹਾ ਨਹੀਂ। ਮੇਰੇ ਨਬੀ ਪਾਹ ਨੇ ਚੱਲ ਕੋਈ ਗੱਲ ਨਹੀਂ, ਜਿਹਦਾ ਕੋਈ ਨਾ ਹੋਵੇ ਉਹਦਾ ਮੁਸਤਫਾ ਹੁੰਦਾ। ਸੁਭਾਨ ਅੱਲਾਹ। ਨਬੀ ਪਾਹ ਨੇ ਪਾਣੀ ਚੁੱਕੀ ਚਲੇ ਗਏ, ਜਾ ਕੇ ਪੰਡ ਰੱਖੀ। ਕਹਿਣ ਲੱਗੀ ਪੁੱਤਰਾ ਤੇਰਾ ਭੱਲਾ ਹੋਵੇ। ਮੇਰੇ ਨਬੀ ਪਾਕ ਨੇ ਇਸ ਤਰ੍ਹਾਂ ਨਾ ਮੁਜ਼ੰਮਲ ਵਾਲੀ ਕਮਲੀ ਦਾ ਥੱਲੇ ਚਾਦਰ ਕੀਤੀ ਸੈਨ ਕਰਕੇ, ਕਹਿਣ ਲੱਗੇ ਭੱਲਾ ਹੋਵੇ ਤੇਰਾ। ਫਰਮਾਇਆ ਅੰਮਾ ਤੇਰਾ ਵੀ ਭੱਲਾ ਹੋਵੇ। ਜਦੋਂ ਬੋਲੇ ਨਾ ਮਿੱਠੇ ਜੇ, ਕਹਿਣ ਲੱਗੇ ਅੰਮਾ ਕਿੱਥੇ ਚੱਲੀਆਂ? ਉਹਨੇ ਕਿਹਾ ਜੀ ਮੈਂ ਮੱਕਾ ਛੱਡ ਕੇ ਚੱਲੀਆਂ। ਉਹਨੇ ਕਿਹਾ ਕਿਉਂ? ਉਹਨੇ ਕਿਹਾ ਅਬੂ ਜਹਲ ਕਹਿੰਦਾ ਹੈ ਕਿ ਇਸ ਮੱਕੇ ਵਿੱਚ ਇੱਕ ਜਾਦੂਗਰ ਹੈ, ਜਿਹਦੀ ਉਹਦਾ ਬੋਲੀ ਸੁਣਦਾ ਉਹਦਾ ਹੋ ਕੇ ਰਹਿ ਜਾਂਦਾ, ਜਿਹੜਾ ਉਹਨੂੰ ਵੇਖਦਾ ਉਹਦਾ ਹੋ ਕੇ ਰਹਿ ਜਾਂਦਾ। ਮੈਂ ਮੱਕਾ ਹੀ ਛੱਡ ਕੇ ਚੱਲੀ, ਨਾ ਉਹਦੀ ਬੋਲੀ ਸੁਣਾਂਗੀ ਨਾ ਉਹਨੂੰ ਵੇਖਾਂਗੀ। ਅੰਮਾ ਤੂੰ ਉਹਨੂੰ ਵੇਖਿਆ? ਨਹੀਂ ਪੁੱਤਰਾ, ਹੁਣ ਤਾਂ ਨਹੀਂ ਵੇਖਿਆ। ਫਰਮਾਇਆ ਅੰਮਾ ਜੇ ਤੇਰੇ ਸਾਹਮਣੇ ਆ ਜਾਏ ਫਿਰ? ਕਹਿਣ ਲੱਗੇ ਪੁੱਤਰਾ ਫਿਰ ਕੁਛ ਵੀ ਨਹੀਂ। ਮੇਰੇ ਨਬੀ ਪਾਕ, ਅੰਮਾ ਉਹ ਜਿਹਦੀ ਵਜ੍ਹਾ ਤੋਂ ਮੱਕਾ ਛੱਡ ਕੇ ਚਲੀ ਨਾ, ਉਹ ਤੇਰਾ ਸਮਾਨ ਚੁੱਕ ਕੇ ਖੁਦ ਲੈ ਕੇ ਆਇਆ। ਸੁਭਾਨ ਅੱਲਾਹ। ਰਾਵੀ ਲਿਖਦਾ ਖੁਦਾ ਦੀ ਕਸਮੇ ਉਹ ਮਾਈ ਨੇ ਕੀ ਕੀਤਾ, ਤੂੰ ਗੱਠੀਆਂ ਛੱਡੀਆਂ, ਪੰਡਾਂ ਛੱਡੀਆਂ, ਬਰਤਨ ਛੱਡੇ, ਗੋਂਗਲੀ ਫਰੀ ਮੇਰੇ ਨਬੀ ਪਾਕ ਦੀ। ਰਾਵੀ ਲਿਖਦਾ ਉਹ ਮਾਈ ਚੱਲ ਪਈ ਲਿਆ ਕੇ ਖਿੱਚ ਕੇ ਚੰਨ ਮਾਰੀ। ਅਬੂ ਜਾਲ ਦੇ ਕਹਿਣ ਲੱਗੀ ਓਏ ਲਾਂਤੀਆ ਤੂੰ ਝੂਠਾ, ਓ ਲਾਂਤੀਆ ਤੂੰ ਝੂਠਾ, ਤੂੰ ਝੂਠਾ, ਜਿਹੜਾ ਇੱਥੇ ਆਪਣੇ ਬੰਦਿਆਂ ਦੇ ਆਪਣੇ ਉਮਤੀਆਂ ਦੇ ਜਿਹਨਾਂ ਨੂੰ ਜਾਣਦਾ ਕੋਈ ਨਹੀਂ, ਪਹਿਚਾਣਦਾ ਕੋਈ ਨਹੀਂ, ਬੋਝ ਪਿਆ ਚੱਕਦਾ ਏ ਉਹ ਦੱਸ ਲਾਂਤੀਆ ਉਹ ਜਾਦੂਗਰ ਹੋ ਸਕਦਾ ਏ, ਝੂਠਾ ਹੋ ਸਕਦਾ ਏ। ਅਬੂ ਜਾਲ ਵੀ ਬੋਲਿਆ, ਕਹਿਣ ਲੱਗਾ ਨੀ ਅੰਮਾ ਚੁੱਪ ਕਰ, ਮੈਨੂੰ ਹੀ ਪਤਾ ਏ ਇਹ ਸਾਦਕ ਤੇ ਆਮੀਨ। ਸੁਭਾਨ ਅੱਲਾਹ। ਅਬੂ ਜਾਲ ਮੰਨਦਾ ਹੀ ਨਾ, ਇਹ ਮੇਰੇ ਭਤੀਜੇ ਮੁਹੰਮਦ ਅਬਦੁੱਲਾ, ਮੇਰੇ ਪੱਕਾ ਯਕੀਨ ਹੈ ਤੂੰ ਸਾਦਕ ਤੇ ਅਮੀਨ ਹੈ। ਉਹ ਮੱਕੇ ਦਾ ਸਰਦਾਰ ਅਬੂ ਜਾਲ ਹੋਵੇ ਤੇ ਲੋਕ ਲੈ। ਅੱਛਾ ਯਾਰ, ਮੇਰੇ ਕੋਲ 10 ਰੁਪਏ ਹੋਣ ਤੇ ਮੈਂ 20 ਰੁਪਏ ਜਿਹਦੀ ਕੋਣ ਕੇ ਉਹਦੀ ਕੋਈ ਮਾਨਤ ਰਖਵਾਉਂਦੀ ਹਾਂ? ਬੋਲੋ ਯਾਰ, ਮੇਰੇ ਕੋਲ 10 ਰੁਪਏ ਹੋਣ ਤੇ ਮੈਨੂੰ ਪਤਾ ਹੋਵੇ ਯਾਰ ਇਹ ਬੰਦਾ ਜਿਹੜਾ ਮੇਰੇ ਸਾਹਮਣੇ, ਇਹਦੇ ਕੋਲ 20 ਰੁਪਏ ਨੇ, ਮੈਂ 10 ਰੁਪਏ ਦੇ ਦਾਂਗਾ ਕਿ ਯਾਰ ਮੈਨੂੰ ਫਲਾਹ ਦਿੰਦੇ ਨੇ। ਮੱਕੇ ਦਾ ਸਰਦਾਰ ਅਬੂ ਜਾਲ ਸੀ, ਅਮੀਰ ਸੀ, ਤੇ ਮੇਰਾ ਨਬੀ ਤੇ ਯਤੀਮ ਸੀ। ਮੱਕੇ ਦੇ ਲੋਕ ਲਿਆ ਲਿਆ ਕੇ ਅਮਾਨਤਾਂ ਰਖਵਾਉਂਦੇ ਸੀ, ਅਮਾਨਤ ਰਖਵਾਉਂਦੇ। ਲੇਕਿਨ ਗੱਲ ਨਿਕਲ ਪਈ, ਆਓ ਦੋਸਤੋ ਬਾਈਓ, ਮਾਈ ਰੋ ਪਈ, ਅੰਮਾ ਰੋ ਪਈ, ਰੋ ਪਈ। ਫਰਮਾਇਆ ਅੰਮਾ ਹੁਣ ਕਿ ਰੋਣੀ ਹੈ? ਕਹਿਣ ਲੱਗੀ ਹੁਣ ਮੈਂ ਲੇਟ ਹੋ ਗਈ ਹਾਂ, ਮੇਰੇ ਮਾਲਕ ਨੇ ਮੈਨੂੰ ਮਾਰਨਾ ਹੈ। ਔਰਾ ਵੀ ਲਿਖਦਾ ਹੈ ਮੇਰੇ ਨਬੀ ਪਾਕ ਨੇ ਆਟਾ ਲਿਆ, ਆਟਾ ਲੈ ਕੇ ਸਿਰ ਤੇ ਚੁੱਕਿਆ। ਫਰਮਾਇਆ ਅੰਮਾ ਜਿਹਦਾ ਕੋਈ ਨਾ ਹੋਵੇ ਉਹਦਾ ਮੁਹੰਮਦ ਹੁੰਦਾ ਏ, ਜਿਹਨੂੰ ਕੋਈ ਗੱਲ ਨਾ ਲਾਵੇ ਉਹਨੂੰ ਅੱਲਾ ਦਾ ਰਸੂਲ ਗੱਲ ਨਾ ਲਾਉਂਦਾ ਏ, ਕਿਉਂਕਿ ਮੈਂ ਰਹਿਮਤ ਲਿਲ ਆਲਮੀਨ ਬਣ ਕੇ ਆਇਆ ਵਾ। ਰਵੀ ਲਿਖਦਾ ਏ ਮੇਰੇ ਨਬੀ ਪਾਕ ਆਟਾ ਚੁੱਕ ਕੇ ਚੱਲ ਪਏ, ਜਾ ਕੇ ਯਹੂਦੀ ਦਾ ਦਰਵਾਜ਼ਾ ਖਟਖਟਾਇਆ, ਯਹੂਦੀ ਬਾਹਰ ਆਇਆ, ਇੰਜ ਕਰਕੇ ਵੇਖਿਆ। ਮੇਰੇ ਨਬੀ ਪਾਕ ਨੂੰ ਆ ਗੱਲ ਸੁਣ ਮੇਰੀ, ਤੂੰ ਮੈਨੂੰ ਨਹੀਂ ਜਾਣਦਾ, ਮੈਂ ਤੈਨੂੰ ਨਹੀਂ ਜਾਣਦਾ, ਲੇਕਿਨ ਮੈਨੂੰ ਤੇ ਸਾਰੀ ਕਾਇਨਾਤ ਜਾਣਦੀ ਏ। ਇਹ ਜੋਦੀਆ ਵੇਖ ਮੈਂ ਸਫਾਰਿਸ਼ ਕਰਨਾ ਵਾ, ਇਸ ਲੋਂਡੀ ਨੂੰ ਕੁਛ ਨਾ ਕਵੀ, ਆਟਾ ਲੈ ਕੇ ਮੈਂ ਖੁਦ ਆਇਆ ਵਾ। ਜੋਦੀ ਨੇ ਕਿਹਾ ਨਹੀਂ ਨਹੀਂ, ਮੈਂ ਕੁਛ ਕਵਾਂਗਾ ਮਾਰਾਂਗਾ। ਰਾਵੀ ਲਿਖਦਾ ਏ ਮੇਰੇ ਨਬੀ ਦੀਆਂ ਅੱਖਾਂ ਵਿੱਚ ਆਸੂ ਆਗੇ, ਆਸੂ ਆਗੇ। ਫਰਮਾਇਆ ਜਉਦੀਆ ਕੁਛ ਨਾ ਕਵੇ, ਭੱਜ ਕੇ ਗਿਆ ਅੰਦਰੋਂ ਕਬੀਲੇ ਵਾਲਿਆਂ ਨੂੰ ਸੱਜ ਕੇ ਲੈ ਆਇਆ, ਨਾਲ ਤੁਰਾਤ ਲੈ ਕੇ ਆ ਗਿਆ। ਓਏ ਕਲਾਮ ਜਉਦੀਆਂ ਦੀ ਏ, ਲੇਕਿਨ ਨਾਤ ਮੇਰੇ ਨਬੀ ਦੀ ਏ, ਲੈ ਕੇ ਆਇਆ। ਤੁਰਾਤ ਕੋਲੀ ਕਹਿਣ ਲੱਗਾ ਸੱਚੀ ਦੱਸਿਓ ਮੇਰੇ ਨਬੀ ਨੇ ਮਾਇਆ, ਤੂੰ ਕੀ ਜਾਣੇ ਮੈਂ ਕਦੀ ਝੂਠ ਬੋਲੇ
سبحان اللہ کہنا سچی دسے میں تے کبھی جھوٹ بولی ہی نہیں اونے کہ دسو راتوں نو میرا جوئیے میرے نبی پاک نے انج ویکھیا اجے غلاماں وچ نہیں گئے میرے نبی پاک نے انج ویکھیا کہ ہاں رات مینوں میرا جوئیے کہہ لگا جی ہونے ہونے آئے او مکے میرے نبی پاک نے فرمایا ہاں میرے نبی پاک نے فرمایا ہاں میں ہونے ہونے براق تو اتریا تو رات کھول کے کہندا اے اوے میرے قبیلے والو ویکھو تو رات ساڈی اے لیکن مسلماناں دے نبی دیا صفتاں بیان کیتیاں ہویاں نے آ ویکھو تو رات کھول کے تو رات وچ لکھیا اے مسلماناں دا نبی ایڈی رحمت والا ہوئے گا رات نو میں رات جائے گا رات نو میں رات جائے گا رات نو میں رات جائے گا صبح صبح کے کافرا دی سفارش کرے گا نعرہ تکبیر کرے گا نعرہ سفارش کرے گا میرے نبی پاک نے فرمایا جے تو من لے آئے انو کچھ نہ کہیں انو کچھ نہ کہیں ٹھیک ہے میں سمجھ گیا جی بالکل ٹھیک ہے ہاں جی آخری دو گلاں کر لی سبحان اللہ اچھا اپنی ایمان نال دسو جی دے دل دے اندر عشق مصطفیٰ دی شمع روشن ہو گئی واہ کرا 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 اچھا یارو ایک گل ہو سن لو میرے نبی پاک نے فرمایا نماز میری آنکھوں کی ٹھنڈک ہے بندہ غلامی دا دعویٰ کرے تے اکھاں نوں ٹھنڈک نہ پہنچاوے محبوب نماز دی پابندی کرنی ہے آخری شعر میں اپنے پیر کامل دا اس تو بعد حکا دینا ہے سنے اللہ دی بارگاہ وچ سنے محبوب دی بارگاہ وچ رحمت دی وانڈے میں کر چھڈیے کہ میرے نبی تو وڈا رحمت للعالمین گل میں مکمل کر دواں یہودی کہنے لگا محبوبا معاف میں ایک شرط تے کراں گا سانو سارے نوں کلمہ پڑھا کے اپنی غلامی وچ کر دا سبحان اللہ ایک شرط تے کراں گا میں او چلیا میں تے دوزخ دے کنارے تے کھڑ رہیا لوکاں نوں جنت دا راستہ دکھا چھڈیا ہے تو گلاں کہو جی کرنا ہے کیونکہ میرے پیر کامل نے فرمایا میرے سلطان لارے پیر پیر کامل نے فرمایا اوناں بانج حضوری نہیں منظوری باوے پرن پانگ سلاتا روز نفل نماز گزارا باوے جا ساری راتا پانجو قلب حضور نہ ہوے باویں کٹن سے زکاتا رب حاصل نائی نا تصیر جماتا کدی آؤ میں کہنا اللہ دے سونے محبوب تجھے حسین کا صدقہ زہرا کے بابا تجھے پنجتن پاک کا واسطہ اسی تیری پاک بارگاہ چ ہوکا دین لگے ہاں سارے دا ہوکا قبول کر اپنی پاک بارگاہ چ قبول کر کے ربا سونیا اسی اکھا بند کر کے تیرے محبوب دی پاک بارگاہ چ حاضری کرن لگے ہاں اکھا کھلن تو پہلے دیدار مصطفی نصیب فرما کدی آو غریباں دے ساڈے وی محلے یار
ਜਾਗਾਰਾਂ ਨੇ ਤੇਰੇ ਰਾਮ ਲਿਆ ਸੋਲ ਅੱਲਾ ਗੁਨਾਹਗਾਰਾਂ ਨੇ ਤੇਰੇ ਰਾਮ ਲੈ ਯਾ ਰਸੂਲ ਅੱਲਾ ਯਕੀਨਨ ਆਪ ਹਰ ਆਸ਼ਿਕ ਕੇ ਗਿਆਰ ਤਸ਼ਰੀਫ ਲਾਤੇ ਹੈ ਹਮਾਰੇ ਘਰ ਮੇਂ ਵੀ ਹੋ ਜਾਏ ਚਰਾਗਾਇਆ ਰਸੂਲ ਅੱਲਾ ਕਦੀ ਆਓ ਸਾਡੇ